लड्डी का मुर्गा और कुकर का काम में वो खेलो दे चौक के मार बर्दाश्त करके अगले ने मारना। कोई स्पीड नहीं बजाना चाहिए, छोड़ के पोला पोला बजाना। एक पार्ट से गिनती नाल मारने नुकना, दूसरे पार्ट से मारो जितने एक पल्ले नु मारने नुकना, दूसरे पल्ले नु मारो और गिनती नाल मारो। वो सुक्का नु बिड़ा के देखोगे और लड़ाओगे ना, वो अपनी पहले वाली फाइट नहीं करेगा। कुकर की जी तबीयत है ना, तबीयत के नाल नाल खुराक देनी चाहिए। अगर कुकर ज्यादा ठंडा होया तो उन्हें गर्म कर लो, अगर ज्यादा गर्म होया तो उन्हें ठंडा भी कर लो। जो कुकर कुरी जे लगते हैं ना, पुराने पार जाड़ देने तो नवे पार कर देने। कुकर की तैयारी शुरू करनी है ना, तैयारी कला बात। अक्सर दोस्त जिहड़े नवे शौकीन ना, वो इस चीज़ नू बार बार हाईलाइट कर देना कि जेर गुंबे असालत दे विच पूरे ना, खलदूम जिहड़े ना वो घट रसील ना। सर मैं इस गल नू नहीं तरजीह दिंदा है कि जिहड़े खड़दुंबे आ उह असील नहीं है ते जिहड़े जेर दुंबे नू असील नहीं। मेरे कोल खुद दे कुकर है, मेरे कोल मेरे उस्ताद ने मिलजत कीता है, उस्ताद मोहतरम ने मिलजत कीता है, जिस कुकर दा नाम पाया गया जी तीरा। अच्छा जी सबज कुकर है, सबज कलर का। तो बादशाह माशाल्लाह जनाब चिट्टा सावा कुकर, तो उस कुकर दी मैं सात कुश्तियां लगाया। अच्छा जी सात कुश्तियां लगाया तो खड़दुंबा है सारो इंदे, उन्हें खेल खादन कुकर ने, इंदे उन्हें खेल खादन कुकर ने कि मैं दस ही नहीं सकता। सही कहो, सात कुश्तियां वेन होया, सात ही लड़ाया, सात ही वेन होया। फिर एंड तिकोन जनाब जी और आखिरी कुश्ती है, मेरे को उसकी तस्वीर वजूद है आज भी। मैं उस कुकर ने सात जो आखिरी बार लड़ाया ही नहीं, ਉਹਦੀ ਇੱਕ ਅੱਖ ਚੋਂ ਚਵਾਨੀ ਨਜ਼ਰ ਆਉਂਦੀ ਹੈ, ਇੱਕ ਅੱਖ ਸਹੀ ਆਈ। ਛੁੱਟਦਿਆਂ ਪਹਿਲਾਂ ਦੋਵਾਂ ਛੁੱਟਿਆਂ ਦੇ ਵਿੱਚ ਉਹਦੀ ਜਿਹੜੀ ਅੱਖ 16 ਨਹੀਂ, ਉਹਦੇ ਚਿੱਲ ਵੱਜ ਗਿਆ। ਉਧਰੋਂ ਉਹ ਪੱਕਾ ਬੰਦ ਹੋ ਗਿਆ, ਜਿਹੜੀ ਅੱਖ ਦੀ ਚਵਾਨੀ ਹੈ ਉਹਦੇ 'ਚ ਲੜ ਕੇ ਉਸ ਕੁੱਕੜ ਮਾਰਿਆ। ਔਰ ਅਗਲਾ ਕੁੱਕੜ 6-7 ਵਾਰਾਂ ਦਾ ਡੱਡ ਹੋਇਆ ਹੋਇਆ ਜਿਹੜਾ ਮਾਰਿਆ। ਮੈਂ ਕਿਵੇਂ ਇਹ ਗੱਲ ਮੰਨ ਜਾਵਾਂ ਕਿ ਖੜਦੁੰਬੀ ਕੁੱਕੜ ਅਸੀਲ ਨਹੀਂ ਹੁੰਦੇ? ਖੜਦੁੰਬੀ ਜ਼ਿਆਦਾ ਖਤਰਨਾਕ ਹੁੰਦੇ ਨੇ, ਅਸੀਲ ਹੁੰਦੇ। ਸਿੰਗਲ ਹੱਡੀ ਔਰ ਡਬਲ ਹੱਡੀ ਦੇ ਮੁਰਗੇ 'ਚ ਕੀ ਫਰਕ ਹੈ? ਸਰ ਜਿਹੜਾ ਡਬਲ ਹੱਡੀ ਦਾ ਮੁਰਗਾ ਹੈ ਉਹਦੀ ਬਰਦਾਸ਼ਤ ਜ਼ਿਆਦਾ ਹੈ, ਜਿਹੜਾ ਸਿੰਗਲ ਲੱਡੀ ਦਾ ਮੁਰਗਾ ਉਹਦੇ ਕੋਲ ਫੁਰਤੀ ਜ਼ਿਆਦਾ ਹੈ। ਅੱਛਾ ਜੀ, ਜ਼ਿਆਦਾ ਪਸੰਦ ਕਿਹਨੂੰ ਕੀਤਾ ਜਾਂਦਾ? ਜ਼ਿਆਦਾ ਜਿਹੜਾ ਜੀ ਅੱਜ ਦਾ ਸ਼ੌਕ ਜਾ ਰਿਹਾ ਉਹਦੇ ਵਿੱਚ, ਜਿਹੜਾ ਸਿੰਗਲ ਲੱਡੀ ਦਾ ਤੇਜ਼ ਚਲਾਕ ਕੁੱਕੜ ਹੈ, ਤੇਜ਼ ਤੇਜ਼ ਫੁਰਤੀਲਾ, ਉਹਨੂੰ ਜ਼ਿਆਦਾ ਪਸੰਦ। ਪੀੜ ਦੇ ਵਿੱਚ ਅਗਰ ਚਲੇ ਜਾਓ, ਪੀੜ ਦੀ ਗੱਲ ਕੀਤੀ ਜਾਏ ਜੀ, ਉਸ ਦੇ ਵਿੱਚ ਮੁਹਾਫਜ਼ ਦਾ ਕਿਤਨਾ ਕਮਾਲ ਹੈ ਔਰ ਮੁਰਗ ਦਾ? ਮੁਰਗ ਨੂੰ ਕਿਤਨੇ ਨੰਬਰ ਦਿਓਗੇ ਔਰ ਮੁਹਾਫਜ਼ ਨੂੰ ਕਿਤਨੇ ਨੰਬਰ ਦਿਓਗੇ? ਸਰ ਦੋਵਾਂ ਦੇ 50-50 ਨੰਬਰ। ਅੱਛਾ ਜੀ, ਉਸਦੀ ਕੀ ਵਜ੍ਹਾ? ਸਰ ਜਿਹੜਾ ਲੜਾਉਣ ਵਾਲਾ ਨਾ, ਉਸਦੀ ਦੇਖਭਾਲ ਔਰ ਉਸਦਾ ਵਿੱਚ ਵੜ ਕੇ ਲੜਾਉਣਾ, ਕੁੱਕੜ ਦੀ ਕਿੱਲਾਂ 'ਤੇ ਨਜ਼ਰ ਰੱਖਣੀ, ਮੁਰਗੇ ਦੇ ਜਨਾਬ ਨੋਕ 'ਤੇ ਨਜ਼ਰ ਰੱਖਣੀ, ਮੇਰਾ ਮੁਰਗੇ ਨੂੰ ਕੋਈ ਫਾਟ ਲੱਗਾ ਉਸਦੇ ਪੂਰੇ ਚਿਹਰੇ 'ਤੇ ਨਜ਼ਰ ਰੱਖਣੀ, ਉਹਨੂੰ ਕਿੱਲ ਲੱਗਾ ਹੈ, ਮੈਂ ਉਸਨੂੰ ਕਿਸੇ ਤਰੀਕੇ ਨਾਲ ਚਾਹਣਾ, ਇਸਨੂੰ ਦਮ ਦੇਣਾ, ਉਹਨੂੰ ਸਾਈ ਦੇਣੀ, ਫਿਰ ਕੁੱਕੜ ਲੈ ਕੇ ਆਉਣਾ, ਉਹਨੂੰ ਸਾਂਭਣਾ ਸੰਭਾਲਣਾ, ਇਹ ਸਾਰਾ ਲੜਾਉਣ ਵਾਲੇ ਦੇ ਦਾਰੋ ਮਦਾਰ ਹੈ। ਅੱਛਾ ਜੀ ਸਰ, ਕੁੱਕੜ ਨੂੰ ਸਾਂਭਣਾ, ਅਗਰ ਪਹਿਲੇ ਪੀਵੇ ਚੋਲ ਖਤਰਨਾਕ ਲੱਗ ਜਾਣ, ਅਗਰ ਲੜਾਉਣ ਵਾਲਾ ਸਾਂਭ ਨਹੀਂ ਨਾ ਸਕਦਾ ਹੈ, ਪੂਰਾ ਕੁੱਕੜ ਦੀ ਸਾਂਭ ਨਹੀਂ ਕਰ ਸਕਦਾ, ਤਾਂ ਦੂਸਰੇ ਪੀਵੇ ਕੁੱਕੜ ਪੇੜੇ 'ਚ ਹੀ ਜਾ। ਅੱਛਾ ਜੀ, ਕੁੱਕੜ ਦਾ ਕੰਮ ਹੈ ਜਨਾਬ ਉਹਨੂੰ ਸਾਂਭਿਆ, ਉਸਨੂੰ ਤਿਆਰ ਕੀਤਾ, ਕੁੱਕੜ ਦਾ ਕੰਮ ਹੈ ਉਹ ਖੇਲੋ ਦੇ ਚੁੱਕ ਕੇ ਮਾਰ ਬਰਦਾਸ਼ਤ ਕਰਕੇ ਅਗਲੇ ਨੂੰ ਮਾਰਨਾ, ਇਹ ਕੁੱਕੜ ਦਾ ਕੰਮ ਹੈ, ਇਹ ਕੁੱਕੜ ਦੀ ਅਸਾਲਤ ਹੈ। ਸਾਰਾ ਦੋਵਾਂ ਨੂੰ 50-50% ਹੈ। ਫਾਈਟ ਦੇ ਦੌਰਾਨ ਤਾਲੂ ਦਾ ਖਿੱਲ ਸੀਣਾ ਮੁਸ਼ਕਲ ਹੈ ਜਾਂ ਪਲਕ ਟਾਂਕਣਾ? ਸਰ ਜਿਹੜਾ ਤਾਲੂ ਵਾਲਾ ਕਿੱਲ ਟਾਂਕਣਾ ਨਾ, ਉਹ ਬਹੁਤ ਮੁਸ਼ਕਿਲ ਹੈ, ਬਹੁਤ ਮੁਸ਼ਕਿਲ ਹੈ, ਅੱਜ ਸ਼ੁਕਰੀ ਨਹੀਂ ਟਾਂਕ ਸਕਦਾ ਹੈ। ਅਤੇ ਜਿਹੜੀ ਪਲਕ ਟਾਂਕਣੀ ਹੈ ਨਾ, ਉਹ ਤਾਂ ਤਕਰੀਬਨ ਇੱਕ ਵਾਰ ਬੰਦਾ ਸ਼ੁਕਰੀ ਨੂੰ ਟਾਂਕਦੇ ਟਾਂਕ ਲਿਆ, ਅਤੇ ਦੂਸਰੀ ਵਾਰ ਕੋਈ ਥੋੜ੍ਹਾ ਕੁਛ ਯੋਗ ਕਰਨ ਵਾਲਾ ਹੋਵੇ ਨਾ, ਉਹ ਆਪੇ ਟਾਂਕ ਲੈਂਦਾ। ਅੱਛਾ, ਜਿਹੜਾ ਤਾਲੂ ਦਾ ਕਿੱਲ ਹੈ ਨਾ, ਉਹਨੂੰ ਟਾਂਕਾ ਲੈਣਾ ਉਹ ਬੜੀ ਮੁਸ਼ਕਿਲ ਹੈ। ਮੁਰਗੇ ਨੂੰ ਤਿਆਰੀ ਦੇਣ ਦਾ ਸਹੀ ਤਰੀਕਾ ਕੀ ਹੈ? ਅਗਰ ਮੁਰਗੇ ਦਾ ਵਜੂਦ ਚੱਕਿਆ ਜਾਵੇ ਨਾ,
ਵਜੂਦ ਤੱਤਾਂ ਨਾਲ, ਜੇ ਅਗਰ ਓਵਰ ਵੇਟ ਹੋਇਆ ਜਿਸਦਾ ਵਜੂਦ ਨਾਲੋਂ ਵਜ਼ਨ ਜ਼ਿਆਦਾ ਹੋ ਗਿਆ, ਉਹਨੂੰ ਕਮ ਅਜ਼ ਕਮ ਕੋਈ 15 ਤੋਂ 20 ਮਿੰਟ ਉਹਨੂੰ ਸੁਬਹਾ ਟੋਰਾ ਦੇਣਾ ਚਾਹੀਦਾ, ਫੁੱਲ ਸਪੀਡ ਨਹੀਂ ਵਜਾਉਣਾ ਚਾਹੀਦਾ, ਛੋੜਕੇ ਛੋੜਕੇ ਪੋਲਾ ਪੋਲਾ ਵਜਾਉਣਾ ਚਾਹੀਦਾ। ਪਹਿਲਾਂ ਸੁਬਹਾ ਸੁਬਹਾ ਉੱਠਦੇ ਉਹਨੂੰ ਪੂਰ ਮਾਰੋ, ਚਿਹਰੇ ਤੇ ਮਾਰੋ, ਬਰਾਂ ਦੇ ਥੱਲੇ ਮਾਰੋ, ਬੁੰਡੇ ਥੱਲੇ ਮਾਰੋ, ਫੂਰ ਮਾਰ ਕੇ ਪੰਜਿਆਂ ਤੇ ਮਾਰ ਕੇ ਉਹਨੂੰ ਕਿਸੇ ਖੁੱਲੇ ਗਰਾਉਂਡ ਲੈ ਜਾਓ ਤੇ 15-20 ਮਿੰਟ ਟੋਰਾ ਦੇ। ਟੋਰਾ ਦੇਣ ਤੋਂ ਬਾਅਦ ਉਹਨੂੰ ਬਾਈ ਜਾਨ ਮਲਣਾ ਹੈ, ਮਲਣਾ ਉਸ ਤਰੀਕੇ ਨਾਲ ਹੈ ਜਿਸਨੇ ਹੱਥ ਉਹਦੀ ਕੰਡ ਤੇ ਮਾਰਨੇ ਨੂੰ, ਉਸਨੇ ਸੀਨੇ ਚ ਗਿਣਤੀ ਮਾਰੋ, ਗਿਣਤੀ ਨਾਲ ਮਾਰੋ, ਜਿਸਨੇ ਇੱਕ ਪਾਟ ਤੇ ਗਿਣਤੀ ਨਾਲ ਮਾਰਨੇ ਨੂੰ, ਉਸਨੇ ਦੂਸਰੇ ਪਾਟ ਤੇ ਮਾਰੋ, ਜਿਸਨੇ ਇੱਕ ਪੱਲੇ ਨੂੰ ਮਾਰਨੇ ਨੂੰ, ਉਸਨੂੰ ਦੂਸਰੇ ਪੱਲੇ ਨੂੰ ਮਾਰੋ ਔਰ ਗਿਣਤੀ ਨਾਲ ਮਾਰੋ। ਮਾਰ ਕੇ ਇਹਨਾਂ ਨੂੰ ਛੋੜ ਦਿਓ, ਛੋੜ ਕੇ ਲਿਆਓ, ਫਿਰ ਇਹਨਾਂ ਜਨਾਬ ਬੱਤੀ ਮਾਰੋ, ਬੱਤੀ ਕਰਨ ਤੋਂ ਬਾਅਦ ਇਹਨੂੰ ਅੰਦਰ ਸਾਫ਼ ਕਰਕੇ, ਅਗਰ ਕੋਈ ਰੇਸ਼ਾ ਵੇਸ਼ਾ ਹੈ ਜਾਂ ਕੋਈ ਬਗਲਾਂ ਬੁਗਲਾਂ, ਉਹ ਬੱਤੀ ਨਾਲ ਉਹਨੂੰ ਬਾਹਰ ਕੱਢੋ, ਸਾਫ਼ ਕਰੋ, ਫਿਰ ਜਨਾਬ ਇਸ ਨੂੰ ਫੂਰ ਮਾਰ ਕੇ ਕੋਈ ਦਵਾਈ ਵੀ ਲਾਣੀ ਉਹ ਲਾਓ, ਲਾ ਕੇ ਸਰਕਾਰ ਇਹਨੂੰ ਫੂਰ ਦਿਓ, ਇਸ ਨੂੰ ਆਪਣਾ ਚੁਕਾਈ ਦਿੱਤੀ, ਚੁਕਾਈ ਲਾਜ਼ਮੀ ਨਾਲ, ਕਿਉਂਕਿ ਚੁਕਾਈ ਨਾਲ ਆਪਣਾ ਵਜੂਦ ਬਣਾਉਂਦੇ। ਫਿਰ ਜਦੋਂ ਅਸੀਂ ਲੜਾਉਣ ਵਾਸਤੇ ਲੈ ਕੇ ਜਾਣਾ ਹੁੰਦਾ, ਸਰਕਾਰ ਜਿਹੜਾ ਕੁੱਕਾ ਨੂੰ ਚੁੱਕਿਆ ਨਹੀਂ ਨਾ ਜਾਂਦਾ, ਜਦੋਂ ਅਸੀਂ ਲੜਾਈ ਵਾਸਤੇ ਲੈ ਕੇ ਜਾਣਾ, ਉਦੋਂ ਜ਼ਾਹਿਰ ਅਸੀਂ ਚੁੱਕ ਕੇ ਲੈ ਜਾਣਾ, ਟੋਰ ਚੁੱਕੋ ਨਹੀਂ ਲੈ ਜਾਣਾ। ਠੀਕ, ਜਦੋਂ ਅਸੀਂ ਚੁੱਕ ਕੇ ਲੈ ਜਾਣਾ ਤੇ ਥੱਕਾ ਬਣਾ ਜਾਂਦੇ। ਬਿਲਕੁਲ, ਆਪਣੇ ਕੁੱਕਰ ਜਿਹੜਾ ਪਹਿਲਾਂ ਚੁੱਕਿਆ ਨਹੀਂ ਨਾ ਗਿਆ, ਉਹਨੂੰ ਦੂਰ ਤੁਹਾਨੂੰ 2 ਘੰਟੇ ਲਗਾਤਾਰ ਚੁੱਕਣਾ ਪੈ ਜਾਂਦਾ। ਉਹ ਸੁੱਕਾ ਨੂੰ ਵਿੜਾ ਕੇ ਵੇਖੋਗੇ, ਉਹਨੂੰ ਲੜਾਓਗੇ ਨਾ, ਉਹ ਆਪਣੀ ਪਹਿਲੇ ਵਾਲੀ ਫਾਈਟ ਨਹੀਂ ਕਰੇ। ਜੇ ਅਗਰ ਉਹਨੂੰ ਚੁਕਾਈਆਂ ਦਿੱਤੀਆਂ ਹੋਈਆਂ ਤੇ ਪੂਰੀ ਫਾਈਟ ਕਰੇ, ਜੇ ਚੁਕਾਈ ਨਹੀਂ ਦਿੱਤੀ ਤਾਂ ਪੂਰੀ ਫਾਈਟ ਨਹੀਂ ਕਰੇ। ਚੁਕਾਈ ਜ਼ਰੂਰੀ ਹੈ, ਚੁਕਾਈ ਜ਼ਰੂਰੀ ਹੈ, ਥੋੜੀ ਦੇ ਲਓ, ਬਹੁਤੀ ਦੇ ਲਓ, ਚੁਕਾਈ ਲਾ ਲਓ। ਠੀਕ ਹੋ ਗਿਆ। ਤੇ ਗਰਮੀਆਂ ਸਰਦੀਆਂ ਸਾਰੇ ਇਹਨਾਂ ਨੂੰ, ਜੇ ਅਗਰ ਚਰਬੀ ਬਣਾ ਗਿਆ ਕੁੱਕਰ ਦੇ ਪਰਾਂ ਥੱਲੇ ਚਰਬੀ ਹੈ, ਜੋਲੀਆ ਚਰਬੀ ਬਣਾ ਗਿਆ, ਸੇਕੇ ਨਾਲ ਸਰਦੀ ਉਹ ਲਾਣੀ ਚਾਹੀਦੀ ਹੈ, ਚਿਹਰੇ ਤੇ ਸੇਕਾ ਲਾਜ਼ਮੀ ਦੇਣਾ ਚਾਹੀਦਾ ਸਰਦੀ। ਠੀਕ ਜੀ। ਫਿਰ ਜਨਾਬ ਇਹਨਾਂ ਨੂੰ ਸਰਦੀਆਂ ਦੇ ਵਿੱਚ ਅੰਡੇ ਵੀ ਸਾਨੂੰ ਲਾਜ਼ਮੀ ਹੁੰਦੇ ਨੇ ਖਵਾਉਣੇ। ਚਾਰੀ ਦੇ ਦੌਰਾਨ ਜੀ ਜੀ ਸਰ ਕਿਸ ਤਰ੍ਹਾਂ ਦੀ ਖੁਰਾਕ ਦੇਣੀ ਚਾਹੀਦੀ ਹੈ ਅਸੀਲ ਮੁਰਗੇ ਨੂੰ? ਜੀ ਸਰ, ਪਤਾ ਹੈ ਕਿ ਜਿਹੜੀ ਇਹਨਾਂ ਤਿਆਰੀ ਤੇ ਅੰਡਿਆਂ ਤੋਂ ਇਲਾਵਾ, ਮੈਂ ਤੇ ਇੱਕ ਗੱਲ ਤੁਹਾਨੂੰ ਦੱਸਿਆ, ਜਿਹੜੇ ਮੇਰੇ ਉਸਤਾਦ ਮੈਨੂੰ ਦੱਸਦੇ ਨੇ, ਉਹ ਦੱਸਦੇ ਨੇ ਕਿ ਕੁੱਕਾ ਦੀ ਜਿਹੜੀ ਤਬੀਅਤ ਹੈ ਨਾ, ਤਬੀਅਤ ਦੇ ਨਾਲ ਨਾਲ ਖੁਰਾਕ ਦੇਣੀ ਚਾਹੀਦੀ। ਜਿਵੇਂ ਜਿਵੇਂ ਦੀ ਕੁੱਕਾ ਦੀ ਤਬੀਅਤ ਹੈ, ਅਗਰ ਕੁਛ ਕੁੱਕਾ ਤੁਹਾਡੀ ਇਤਲਾਹ ਵਾਸਤੇ ਸਾਰੇ ਤੁਹਾਨੂੰ ਪਤਾ ਹੈ ਕੋਈ ਅੰਦਰ ਵਜੂਦ ਗਰਮੀ ਰੱਖਦੇ ਨੇ, ਕੁਝ ਵਜੂਦ ਵਿੱਚ ਠੰਡੇ ਹੁੰਦੇ ਨੇ, ਅਗਰ ਕੁੱਕਰ ਜ਼ਿਆਦਾ ਠੰਡਾ ਹੋਇਆ ਤਾਂ ਉਹਨੂੰ ਗਰਮ ਕਰਨਾ, ਅਗਰ ਜ਼ਿਆਦਾ ਗਰਮ ਹੋਇਆ ਹੋਇਆ ਤਾਂ ਉਹਨੂੰ ਠੰਡਾ ਵੀ ਕਰਨਾ ਜੀ। ਉਸ ਹਿਸਾਬ ਨਾਲ ਖੁਰਾਕ ਦੇਣੀ ਚਾਹੀਦੀ ਹੈ। ਤੇ ਖੁਰਾਕ ਬਾਜਰਾ ਜਿਹੜਾ ਨਾ, ਸਭ ਤੋਂ ਮੇਨ ਔਰ ਬੈਸਟ ਹੈ ਬਾਜਰਾ। ਬਾਜਰਾ ਧੋ ਲਓ, ਧੋ ਕੇ ਸਾਰਾ ਉਹਨੂੰ ਸੁਕਾ ਲਓ, ਸੁਕਾ ਕੇ ਉਹ ਹੀ ਖਵਾਉਣਾ ਚਾਹੀਦਾ ਤਿਆਰੀ ਵਿੱਚ, ਉਸ ਤੋਂ ਅੱਛੀ ਹੋਰ ਖੁਰਾਕ ਦੇਣੀ। ਕੁਝ ਲੋਕ ਹੁੰਦੇ ਨੇ ਸਰਕਾਰ ਜਿਹੜੇ ਬਦਾਮ ਪਾਉਂਦੇ ਨੇ, ਬਦਾਮ ਸਰਕਾਰ ਜ਼ਿਆਦਾ ਤੋਂ ਜ਼ਿਆਦਾ ਮਿੱਠੀਆਂ ਗਿਰੀਆਂ ਖਵਾਉਣੀਆਂ ਚਾਹੀਦੀਆਂ, ਤਿਆਰੀ ਵਿੱਚ ਨਹੀਂ ਖਵਾਉਣੀਆਂ ਚਾਹੀਦੀਆਂ। ਜਦੋਂ ਕੁੱਕੜ ਕੁਰੀ ਜਿਹੇ ਲੱਗਦੇ ਨੇ ਨਾ, ਪੁਰਾਣੇ ਪਾਰ ਜੜਦੇ ਨੇ ਤੇ ਨਵੇਂ ਪਾਰ ਕੱਢਦੇ ਨੇ, ਜਿਹੜੇ ਬਦਾਮ ਤੁਸੀਂ ਖਵਾਉਣੇ, ਜਿੰਨੀ ਖੁਰਾਕ ਖਵਾਉਣੀ ਹੈ ਉਦੋਂ ਖਵਾਉਣੀ ਚਾਹੀਦੀ। ਠੀਕ, ਜਦੋਂ ਕੁੱਕੜ ਦੀ ਤਿਆਰੀ ਸ਼ੁਰੂ ਕਰਨੀ ਹੈ ਨਾ, ਤਿਆਰੀ 'ਚ ਇਕੱਲਾ ਬਾਜਰਾ ਖਵਾਉਣਾ ਚਾਹੀਦਾ, ਉਦੋਂ ਬਦਾਮ ਨਹੀਂ ਖਵਾਉਣੇ ਚਾਹੀਦੇ। ਅੱਛਾ ਜੀ, ਬਦਾਮ ਉਦੋਂ ਖਵਾਓ ਜਦੋਂ ਕੁੱਕੜ ਕੁਰੀ ਦੇ ਲੱਗੇ ਨੇ, ਕੁਰੀ ਦੇ ਜਿਹੜੀ ਵੀ ਖੁਰਾਕ ਤੁਸੀਂ ਤਾਕਤ ਵਾਲੀ ਦੇਣੀ ਇਹਨਾਂ ਨੂੰ ਦੇ ਸਕਦੇ ਹੋ। ਜਦੋਂ ਤੁਸੀਂ ਇਹਨਾਂ ਦਾ ਜੋੜ ਕਰ ਲਿਆ, ਜੋੜ ਕਰਕੇ ਤਿਆਰ ਕਰਦੇ ਪਏ ਹੋ, ਉਦੋਂ ਬਾਜਰਾ ਖਵਾਓ। ਬਾਜਰਾ ਵੀ ਸਰਕਾਰ 2 ਟਾਈਮ ਨਹੀਂ ਖਵਾਉਣਾ ਚਾਹੀਦਾ। ਅੱਛਾ ਜੀ, ਹਾਂ, ਮੇਰੇ ਉਸਤਾਦਾਂ ਦਾ ਵੀ ਹੁਕਮ ਹੈ, ਮੇਰੇ ਉਸਤਾਦ ਵੀ ਉਵੇਂ ਕਰਦੇ ਹਨ ਔਰ ਸਾਥੀ ਵੀ ਉਵੇਂ ਦਾ ਕਰਾਉਂਦੇ ਹਨ, ਅਸੀਂ 24 ਘੰਟਿਆਂ ਬਾਅਦ ਸਰਕਾਰ ਇਹਨਾਂ ਨੂੰ ਖੁਰਾਕ ਦਿੰਦੀ ਇੱਕ ਦਫ਼ਾ ਜੀ। ਇੱਕ ਦਫ਼ਾ ਸੁਬਹ ਰੁਕ ਬਸ ਨਾ, ਐਵੇਂ 2-4 ਲੋਕਾਂ ਲਵਾਉਣੀਆਂ ਨੇ, ਜੋ 2-4 ਲੋਕਾਂ ਲਵਾਉਣੀਆਂ ਨੇ, ਰਜਾਣੇ ਨਹੀਂ ਹੈ, ਖੁਰਾਕ ਜ਼ਿਆਦਾ ਨਹੀਂ ਦੇਣੀ, ਬਸ ਉਵੇਂ ਨਾ ਬਣਾਉਣਾ ਪਿਆ ਇਹਨਾਂ ਨੂੰ ਖਵਾਈ, 2-4 ਲੋਕਾਂ ਨੂੰ ਜ਼ਿਆਦਾ ਨਹੀਂ ਖਵਾਉਣੀ, ਸ਼ਾਮ ਨੂੰ ਜਿਤਨੀ ਕਾਜ ਹੈ ਉਤਨੀ ਖਵਾ ਲਈ। ਠੀਕ ਹੋ ਗਿਆ, ਜ਼ਬਰਦਸਤ।
ਅੱਛਾ, ਅਕਸਰ ਤੁਸੀਂ ਦੇਖਿਆ ਹੈ ਕਿ ਮੁਰਗਿਆਂ ਨੂੰ ਰੇਸ਼ਾ ਹੋ ਜਾਂਦਾ ਹੈ, ਜੀ ਸਰ। ਇਹ ਕਿਸ ਵਜ੍ਹਾ ਤੋਂ ਹੁੰਦਾ ਹੈ ਔਰ ਇਸਦਾ ਇਲਾਜ ਕੀ ਹੈ? ਸਰ ਜੀ, ਇਹ ਕੁਝ ਕੁੱਕੜਾਂ ਵਿਚਾਰਿਆਂ ਮੁਰਗਿਆਂ ਨੂੰ ਰੇਸ਼ਾ ਹੋ ਜਾਂਦਾ ਹੈ ਸਰਕਾਰ, ਸਰਦੀ ਦਾ ਵਜ੍ਹਾ ਤੋਂ ਠੰਡਾ ਪਾਣੀ ਪੀਣਾ, ਬਾਜਰਾ ਖਾਣਾ, ਇਹ ਅਸੀਂ ਕੱਚੇ ਬਾਜਰਾ ਵੀ ਅਕਸਰ ਗਿੱਲਾ ਕਰਕੇ ਖਵਾਈਏ ਨਾ, ਤੇ ਵਿੱਚੋਂ ਪਾਣੀ ਨਾ ਕੱਢਿਆ ਹੋਵੇ, ਉਸ ਤੋਂ ਵੀ ਰੇਸ਼ਾ ਕਰ ਜਾਂਦਾ। ਫਿਰ ਠੰਡਾ ਪਾਣੀ ਪੀਂਦੇ ਰਹਿਣਾ, ਆਪਣੇ ਮੂੰਹ ਦੀ ਚੋਕ ਖਾਂਦੇ ਨੇ ਅਕਸਰ ਕੁੱਕੜ, ਉਹ ਵੀ ਖਰਾਬ ਹੋ ਜਾਂਦੇ। ਅੱਛਾ ਜੀ ਸਰ, ਤੇ ਇਸ ਵਾਸਤੇ ਮੈਂ ਤੇ ਸਰ ਜ਼ਿਆਦਾ ਤੋਂ ਜ਼ਿਆਦਾ ਇਮੈਕਸਿਨ ਦੇ ਜਿਹੜੇ ਕੈਪਸੂਲ ਨੇ ਇਹ ਅਸੀਂ ਤੇ ਇਸਤੇਮਾਲ ਕਰਦੇ ਹਾਂ, ਜਾਂ ਆਪਣੇ ਨਾਲ ਬੈਬਰਾਮਾਈਸਿਨ ਪੈਰਾਮਾਈਸਿਨ ਕੈਪਸੂਲ ਉਹ ਥੋੜ੍ਹੇ ਬਹੁਤ ਇਸਤੇਮਾਲ ਕਰ ਲਏ, ਔਰ ਨਾਲ ਮੈਂ ਸਭ ਤੋਂ ਜ਼ਿਆਦਾ ਬੈਟਨੀਸੋਲ ਗੋਲੀ ਨੂੰ ਤਰਜੀਹ ਜ਼ਿਆਦਾ ਦਿੰਦਾ। ਅੱਛਾ ਜੀ, ਬੈਟਨੀਸੋਲ ਗੋਲੀ ਜਿਹੜੀ ਨੇ ਉਹ ਜ਼ਿਆਦਾ ਤਰਜੀਹ ਦਿੰਦੀ।